ਕਰਨ ਔਜਲਾ ਦੀ EP For Me ਅੱਜ ਰਾਤ ਨੂੰ ਹੋਵੇਗੀ ਰਿਲੀਜ਼ ਜਿहां ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਕਰਨ ਔਜਲਾ ਨੇ ਆਪਣੀ ਨਵੀਂ EP ਨੂੰ ਅਨਾਉਂਸ ਕੀਤਾ ਸੀ ਨਾਲ ਹੀ ਇਸ EP ਦੀ ਰਿਲੀਜ਼ ਡੇਟ ਤੇ ਰਿਲੀਜ਼ਿੰਗ ਟਾਈਮ ਵੀ ਦੱਸ ਦਿੱਤਾ ਸੀ ਤੇ ਹੁਣ ਫਾਈਨਲੀ ਕਰਨ ਔਜਲਾ ਦੀ EP ਅੱਜ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਹੈ For Me ਦੱਸ ਦੇ ਕਿ ਪਿਛਲੇ ਸਾਲ ਯਾਨੀ ਕਿ 2023 ਦੇ ਵਿੱਚ ਕਰਨ ਔਜਲਾ ਨੇ EP 4U ਰਿਲੀਜ਼ ਕੀਤੀ ਸੀ ਜਿਸ ਤੋਂ ਬਾਅਦ ਹੁਣ ਕਰਨ ਔਜਲਾ For Me ਰਿਲੀਜ਼ ਕਰ ਰਹੇ ਨੇ ਜੇਸੀਪੀ ਦੇ ਵਿੱਚ ਵੀ ਚਾਰ ਗਾਣੇ ਹੀ ਹੋਣ ਵਾਲੇ ਨੇ ਤੇ ਇਸ ਈਪੀ ਨੂੰ ਅੱਜ ਯਾਨਕੀ 26 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ ਤੇ 9:30 ਪੀਐਮ ਯਾਨਕੀ ਅੱਜ ਰਾਤੀ 9:30 ਵਜੇ ਇਸ ਈਪੀ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਜਿਸ ਦੇ ਵਿੱਚ ਕੀ ਚਾਰ ਗੀਤ ਨੇ ਨਸੀ ਕੇ ਨਗੀਤਾ ਨੂੰ ਆਵਾਜ਼ ਦਿੰਦੀ ਹੈ ਵਨ ਐਂਡ ਓਨਲੀ ਕਰਨ ਔਜਲਾ ਨੇ ਤੇ ਨਗੀਤਾ ਦੇ ਲਿਰਿਕਸ ਨੂੰ ਵੀ ਕਰਨ ਔਜਲਾ ਨੇ ਹੀ ਲਿਖਿਆ ਤੇ ਜੇਕਰ ਗੱਲ ਕਰੀਏ ਇਸ ਟ੍ਰੈਕਲੈਸ ਦੀ ਤੇ ਇਹ ਚਾਰ ਗੀਤ ਨੇ ਆਈ ਡੋਨਟ ਨੋ ਹਾਉ, ਹੂ ਦੇ, ਐਂਟੀਡੋਟ, ਵਾਈ ਡੀਜੀ ਸੋ ਇਟਸ ਗੀਤ ਨੇ ਜੋ ਕਿ 4 ਮੀ ਈਪੀ ਦੇ ਵਿੱਚ ਹੋਣ ਵਾਲੇ ਨੇ ਇਸ ਤੋਂ ਪਹਿਲਾਂ ਕਰਨ ਔਜਲਾ ਨੇ ਚਾਰ ਗੀਤਾਂ ਵਾਲੀ ਈਪੀ 4 ਯੂ ਵੀ ਕੀਤੀ ਹੈ ਤੇ ਜਿਸ ਤੋਂ ਬਾਅਦ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮਰੀਜ਼ ਤੇ ਸਟਰੀਟ ਡ੍ਰੀम्स ਨੂੰ ਵੀ ਲੋਕਾਂ ਨੇ ਕਾਫੀ ਜ਼ਿਆਦਾ ਪਿਆਰ ਦਿੱਤਾ ਸੀ ਦੱਸਦੀ ਹੈ ਕਿ ਰੀਸੈਂਟਲੀ ਕਰਨ ਔਜਲਾ ਨੇ ਆਪਣੀ ਐਲਬਮ ਸਟਰੀਟ ਡ੍ਰੀम्स ਵੀ ਰਿਲੀਜ਼ ਕੀਤੀ ਸੀ ਜੋ ਕਿ ਰੈਪਰ ਡਿਵਾਈਨ ਦੇ ਨਾਲ ਸੀ ਤੇ ਇਸ ਤੋਂ ਇਲਾਵਾ ਕਰਨ ਔਜਲਾ ਨੇ ਉਸ ਤੋਂ ਪਹਿਲਾਂ ਅਗਸਤ ਦੇ ਵਿੱਚ ਆਪਣੀ ਐਲਬਮ ਮੇਕਿੰਗ ਮੈਮਰੀਜ਼ ਨੂੰ ਵੀ ਰਿਲੀਜ਼ ਕੀਤਾ ਸੀ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਈ। ਉਸ ਐਲਬਮ ਦੇ ਵਿੱਚ 9 ਗਾਣੇ ਸਨ ਜਿਨ੍ਹਾਂ ਨੂੰ ਲੋਕਾਂ ਨੇ ਬੇਸ਼ੁਮਾਰ ਪਿਆਰ ਦਿੱਤਾ ਤੇ ਜੇਕਰ ਗੱਲ ਕਰੀਏ ਐਲਬਮ ਸਟਰੀਟ ਡ੍ਰੀम्स ਸੀ ਤੇ ਉਸ ਦੇ ਵਿੱਚ ਕੁੱਲ 7 ਗਾਣੇ ਸਨ ਜਿਨ੍ਹਾਂ ਵਿੱਚ ਨਾਥਿੰਗ ਲਾਸਟ ਕਲਾਸ, ਓਵਰਸੀ ਸਟ੍ਰੇਟ ਬੈਲੈਂ, ਯਾਦ ਤਰੀਫਾ ਹਿਸਾਬ ਤੇ 100 ਮਿਲੀਅਨ ਗੀਤ ਸਨ। ਇਹਨਾਂ ਗੀਤਾਂ ਨੂੰ ਵੀ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ। ਤੇ ਕਰਨ ਔਜਲਾ ਦਾ ਰੀਸੈਂਟਲੀ ਸਿੰਗਲ ਟਰੈਕ ਗੋਇੰਗ ਆਫ ਤੇ ਵਿਨਿੰਗ ਸਪੀਚ ਵੀ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਔਜਲਾ 4 ਗੀਤਾਂ ਵਾਲੀ for me ਰਿਲੀਜ਼ ਕਰਨ ਵਾਲੇ ਨੇ ਅੱਜ ਰਾਤ ਨੂੰ 9:30 ਵਜੇ ਦੱਸਿਆ ਕਿ ਇਸ EP ਤੋਂ ਪਹਿਲਾਂ ਕਰਨ ਔਜਲਾ ਨੇ ਇੰਸਟਾਗ੍ਰam ਦੇ ਉੱਤੇ ਇੱਕ ਸਟੋਰੀ ਵੀ ਸਾਂਝਾ ਕੀਤੀ ਜਿਸ ਦੇ ਵਿੱਚ ਉਹਨਾਂ ਲਿਖਿਆ for me out any time ਇਸ ਤੋਂ ਇਲਾਵਾ ਉਹਨਾਂ ਲਿਖਿਆ ਸਾਡੀ ਜਿੱਤ ਦੀਆਂ ਗੱਲਾਂ ਉਥੇ ਹਾਰ ਦੀਆਂ ਗੱਲਾਂ ਕੁੜੀ ਸ਼ਾਇਰੀ ਕਰਾਵਾਂ ਗੁਲਜ਼ਾਰ ਦੀਆਂ ਗੱਲਾਂ ਤੇਰੇ ਸਮਝ ਨਹੀਂ ਆਉਣਗੀਆਂ ਨੀ ਯਾਰ ਦੀਆਂ ਗੱਲਾਂ for me out any time ਯਾਨੀ ਕਿ ਕਦੇ ਵੀ for me EP ਅੱਜ ਰਿਲੀਜ਼ ਹੋ ਸਕਦੀ ਹੈ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਕਿੰਨੇ ਐਕਸਾਈਟਿਡ ਹੋ ਕਰਨ ਔਜਲਾ ਦੀ ਫੋਰ ਮੀ ਦੇ ਲਈ ਕਮੈਂਟ ਏਰੀਆ ਚ ਦੱਸਣਾ ਬਿਲਕੁਲ ਨਾ ਭੁੱਲਣਾ ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਇਸ ਤੋਂ ਇਲਾਵਾ Bollywood ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਸ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ